ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਪਣੇ ਚੈਨਲ ਫਸਟ ਚੋਇਸ 'ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਜਿਹੜੇ ਵਿਊਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਪੇਮੈਂਟ ਦਾ ਮੋਡ ਹੈ ਜੀ ਔਨਲਾਈਨ, ਕੈਸ਼ ਔਨ ਡਿਲੀਵਰੀ ਨਹੀਂ ਹੈਗੀ। ਗੂਗਲ ਪੇ ਕਰ ਸਕਦੇ ਹੋ, ਪੇਟੀਐਮ ਕਰ ਸਕਦੇ ਹੋ ਜਾਂ ਔਨਲਾਈਨ ਕਿਸੇ ਵੀ ਤਰੀਕੇ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ। ਸਕਰੀਨ ਦੇ ਉੱਪਰ ਨੰਬਰ ਦਿਖਾਈ ਦੇ ਰਿਹਾ, ਉਹ ਆਪਣਾ ਵਟਸਐਪ ਨੰਬਰ ਹੈ। ਜਿਹੜਾ ਸੂਟ ਪਸੰਦ ਹੈ ਸਕਰੀਨਸ਼ੋਟ ਲੈਣਾ ਇਸ ਨੰਬਰ 'ਤੇ ਵਟਸਐਪ ਕਰ ਦੇਣਾ, ਫਿਰ ਤੁਹਾਨੂੰ ਇੱਕ ਨੰਬਰ ਦੇਵਾਂਗੇ, ਤੁਸੀਂ ਉਹਦੇ 'ਤੇ ਆਪਣੀ ਔਨਲਾਈਨ ਪੇਮੈਂਟ ਪਾਉਣੀ ਹੈ, ਐਡਰੈਸ ਭੇਜਣਾ, ਸੂਟ ਤੁਹਾਡੇ ਘਰ ਪਹੁੰਚ ਜਾਏਗਾ। ਸ਼ਿਪਿੰਗ ਚਾਰਜਸ ਕੋਈ ਨਹੀਂ ਹੈਗੇ, ਥਰੂ ਆਊਟ ਇੰਡੀਆ ਸ਼ਿਪਿੰਗ ਫ੍ਰੀ ਹੈ। ਅਤੇ ਵੀਡੀਓ ਦੀ ਟਾਈਮਿੰਗ ਹੈਗੀ ਹੈ ਜੀ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ, ਠੀਕ ਹੈ ਜੀ। ਲਓ ਜੀ, ਹੁਣ ਆਪਾਂ ਸਭ ਤੋਂ ਪਹਿਲਾਂ ਇੱਕ ਸੂਟ ਮੈਂ ਤੁਹਾਨੂੰ ਔਡਰ ਵਾਲਾ ਦਿਖਾਉਂਗੀ, ਇੱਕ ਨਹੀਂ ਮੈਂ ਦੋ ਤਿੰਨ ਦਿਖਾਉਂਗੀ, ਅਤੇ ਉਸ ਤੋਂ ਬਾਅਦ ਆਪਾਂ ਅੱਜ ਡਿਸਕਾਊਂਟ ਦੀ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਲਈ। ਸਲਵਾਰ ਵਰਕ ਦੇ ਸੂਟ ਨੇ ਅਤੇ ਆਪਾਂ ਤੁਹਾਨੂੰ ਡਿਸਕਾਊਂਟ 'ਤੇ ਦੇਵਾਂਗੇ, ਉਹ ਮੈਂ ਤੁਹਾਨੂੰ ਬਾਅਦ 'ਚ ਇਹਨਾਂ ਦੀ ਗੱਲ ਕਰਦੀ ਹਾਂ। ਪਹਿਲਾਂ ਆਪਾਂ ਤੁਹਾਨੂੰ ਔਡਰ ਦੇ ਕੁਛ ਕੁ ਸੂਟ ਦਿਖਾ ਦਈਏ, ਅਗਰ ਤੁਹਾਨੂੰ ਚਾਹੀਦੇ ਹੋਏ ਤਾਂ ਅਸੀਂ ਤੁਹਾਨੂੰ ਔਡਰ 'ਤੇ ਉਸੇ ਰੇਂਜ ਦੇ ਵਿੱਚ ਬਣਾ ਕੇ ਦੇਵਾਂਗੇ। ਲਓ ਜੀ, ਪਹਿਲਾ ਸੂਟ ਹੈਗਾ ਫਾਈਨ ਜੀ ਐਸ ਕੇ ਦੀ ਕੋਟਨ ਲੱਗੀ ਹੋਈ ਹੈ, ਜਿੱਥੇ ਪ੍ਰੀਮੀਅਮ ਕੋਟਨ ਯੂਜ਼ ਕੀਤੀ ਹੋਈ ਹੈ, ਅਤੇ ਸਕਾਈ ਜੇ ਕਲਰ ਦਾ ਸੂਟ ਹੈਗਾ। ਤੁਸੀਂ ਕਲਰ ਚੇਂਜ ਕਰਾ ਸਕਦੇ ਹੋ ਆਪਦੀ ਮਰਜ਼ੀ ਦਾ। ਖੋਲ ਕੇ ਦਿਖਾਉਂਦੇ ਹਾਂ, ਕੋਟਨ ਬਹੁਤ ਜ਼ਿਆਦਾ ਫਾਈਨ ਵਾਲੀ ਲੱਗੀ ਹੋਈ ਹੈ। ਲਓ, ਇਹ ਵਾਲਾ ਸੂਟ ਹੈ ਜੀ, ਠੀਕ ਹੈ, ਕਾਫੀ ਸੋਹਣਾ ਸੂਟ ਹੈ। ਗਲੇ 'ਤੇ ਇੱਦਾਂ ਵਰਕ ਹੋਇਆ ਹੋਇਆ ਔਰ ਥੋੜ੍ਹਾ ਜਿਹਾ ਨੀਚੇ ਜਾ ਕੇ ਕਮਰ ਕੋਲੇ ਫਿਰ ਇੱਕ ਫਲਾਵਰ ਬਣਿਆ ਹੋਇਆ, ਕਾਫੀ ਸੋਹਣਾ ਸੂਟ ਹੈ। ਲਓ ਜੀ, ਇਹ ਹੈਗਾ ਇਹਦਾ ਬਾਜੂ ਦਾ ਵਰਕ, ਬਹੁਤ ਫਾਈਨ ਵਰਕ ਹੋਇਆ ਹੋਇਆ ਬਾਜੂ 'ਤੇ ਵੀ, ਕਾਫੀ ਵਰਕ ਹੋਇਆ ਹੋਇਆ ਲੰਬਾ ਲੰਬਾ ਤੱਕ, ਅਤੇ ਕੋਟਨ ਬਹੁਤ ਵਧੀਆ ਲੱਗੀ ਹੋਈ ਹੈ, ਪ੍ਰੀਮੀਅਮ ਕੋਟਨ ਲੱਗੀ ਹੈ। ਅਤੇ ਪ੍ਰਾਈਸ ਰਹੂਗੀ ਇਹ ਸੋਹਣੇ ਜਿਹੇ ਸੂਟ ਦੀ 1600 ਰੁਪਏ ਰਹੂਗੀ ਇਹ ਸੂਟ ਦੀ ਪ੍ਰਾਈਸ, ਠੀਕ ਹੈ ਜੀ। ਕਲਰ ਬਹੁਤ ਪਿਆਰਾ ਹੈ, ਅਗਰ ਤੁਸੀਂ ਕਲਰ ਚੇਂਜ ਕਰਨਾ ਹੈ, ਵਰਕ ਸੇਮ ਹੀ ਰੱਖਣਾ ਹੈ, ਤਾਂ ਇਸੇ ਹੀ ਪ੍ਰਾਈਸ ਦੇ ਵਿੱਚ ਤੁਹਾਨੂੰ ਇਸੇ ਕੱਪੜੇ ਦੇ ਮਿਲ ਜੂਗਾ। ਲਓ ਜੀ, ਅਗਲਾ ਹੈਗਾ ਇਹਦੇ ਨਾਲ ਵੀ ਉਹ ਵੀ ਪ੍ਰੀਮੀਅਮ ਕੋਟਨ ਲੱਗੀ ਹੋਈ ਔਰ ਕਾਫੀ ਵਧੀਆ ਕੋਟਨ ਲੱਗੀ ਹੋਈ ਹੈ। ਇਹ ਸੂਟ ਹੈ ਜਿਹੜਾ ਉਹ ਸੋਹਣਾ ਗਰਲਿਸ਼ ਜੇ ਵਰਕ ਵਾਲਾ ਸੂਟ ਹੈ, ਬਹੁਤ ਪਿਆਰਾ ਵਰਕ ਹੋਇਆ ਇਹਦੇ 'ਤੇ। ਲਓ, ਬਹੁਤ ਸੋਹਣਾ ਵਰਕ ਹੋਇਆ, ਠੀਕ ਹੈ ਜੀ। ਅਤੇ ਇਹ ਤਾਂ ਹੈਗਾ ਇਹਦੇ ਨੈੱਕ ਦਾ ਵਰਕ, ਇਹਦਾ ਨੈੱਕ ਹੈ ਜਿਹੜਾ ਉੱਪਰੋਂ ਪੱਠੇ ਦੇ ਹੋਊਗਾ ਇੱਥੋਂ, ਅਤੇ ਨੈਕਸਟ ਹੈ ਜੀ ਇਹਦਾ ਇਸ ਤਰ੍ਹਾਂ ਬਾਜੂ ਦਾ ਵਰਕ, ਅਤੇ ਸੇਮ ਹੀ ਮਿਲੂਗਾ ਸਲਵਾਰ ਦਾ ਵਰਕ, ਬਾਜੂ ਦਾ ਵਰਕ ਔਰ ਸਲਵਾਰ ਦਾ ਵਰਕ ਸੇਮ ਮਿਲੂਗਾ, ਅਤੇ ਪ੍ਰਾਈਸ ਇਹ ਸੋਹਣੀ ਜਿਹੀ ਸੂਟ ਦੀ ਰਹੂਗੀ 1600 ਰੁਪਏ, ਠੀਕ ਹੈ। ਬਹੁਤ ਫਾਈਨ ਕੋਟਨ ਦੇ ਉੱਪਰ ਬਣਿਆ ਹੋਇਆ ਸੂਟ ਹੈ, ਸਲਵਾਰ ਵਰਕ ਔਰ ਬਾਜੂ ਵਰਕ। ਅਤੇ ਨੈਕਸਟ ਹੈ ਜੀ ਆਪਣਾ ਰੀਵਾ ਕੋਟਨ ਦਾ ਸੂਟ ਹੈ, ਇਹ ਸੂਟ ਤੁਸੀਂ ਪਹਿਲਾਂ ਆਪਣੀ ਵੀਡੀਓ ਦੇ ਵਿੱਚ ਦੇਖ ਚੁੱਕੇ ਹੋ, 1100 ਦੇ ਇਹ ਆਪਾਂ ਸੂਟ ਪਾਈ ਸੀਗੇ ਤੁਹਾਨੂੰ, ਅਤੇ ਆਲੋ ਮੈਚਿੰਗ ਦੇ ਵਿੱਚ ਹੈਗੇ ਨੇ ਸੂਟ, ਇਹ ਕਾਫੀ ਸੋਹਣੇ ਸੂਟ ਨੇ। ਪ੍ਰਿੰਟਡ ਸ਼ਰਟ ਹੈਗਾ ਇਹ, ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਇਹਦਾ, ਕਲਰ ਵੀ ਬਹੁਤ ਜ਼ਿਆਦਾ ਸੋਹਣਾ ਕਲਰ ਹੈ, ਬਹੁਤ ਹੀ ਜ਼ਿਆਦਾ, ਠੀਕ ਹੈ। ਅਤੇ ਇਹਦੇ 'ਚੋਂ ਆਪਾਂ ਮਤਲਬ ਕਿ ਪੈਚ ਲਾਏ ਨੇ, ਔਰਡਰ ਦਾ ਸੂਟ ਹੈ, ਅਤੇ ਇਹਦੇ 'ਤੇ ਆਪਾਂ ਸਲਵਾਰ ਦੇ ਉੱਪਰ ਪੈਚ ਵਰਕ ਕੀਤਾ ਹੋਇਆ, ਸ਼ਰਟ ਦੇ ਵਿੱਚੋਂ ਹੀ ਫਲਾਵਰ ਚੱਕਿਆ ਅਤੇ ਉਹਦੇ ਉੱਪਰ ਆਪਾਂ ਇਸ ਤਰ੍ਹਾਂ ਪੈਚ ਵਰਕ ਕੀਤਾ, ਬਹੁਤ ਸੋਹਣਾ ਪੈਚ ਵਰਕ ਹੋਇਆ, ਇਸ ਤਰ੍ਹਾਂ ਲੱਗਦਾ ਜਿਵੇਂ ਵਿੱਚ ਪ੍ਰਿੰਟ ਹੋਵੇ ਜਾਂ ਪੇਂਟ ਕੀਤਾ ਹੋਵੇ, ਠੀਕ ਹੈ ਜੀ। ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਇਆ। ਹੁਣ ਇਹ ਸੂਟ ਦੀ ਪ੍ਰਾਈਸ ਹੈ ਜਿਹੜੀ ਉਹ ਬਣ ਗਈ 1600 ਰੁਪਏ, 1600 ਦੇ ਵਿੱਚ ਇਹ ਪਿਆਰਾ ਜਿਹਾ ਸੂਟ ਆ ਜਿਹੜਾ ਤੁਹਾਨੂੰ ਮਿਲ ਜਾਣਾ। ਅਤੇ ਇਹਦੇ ਵਿੱਚ ਆਪਣੇ ਕੋਲ ਕਲਰ ਹੈਗਾ, ਜਸਟ ਇੱਕੋ ਕਲਰ, ਇੱਕ ਤਾਂ ਇਹੀ ਕਲਰ ਮਿਲ ਸਕਦਾ ਤੁਹਾਨੂੰ, ਆਹ ਤੁਹਾਨੂੰ ਇਹ ਵਾਲਾ ਕਲਰ ਹੈ ਜਿਹੜਾ ਮਸਟਰਡ ਦੇਖ ਰਹੇ ਹੋਵੋਗੇ, ਇਹ ਵਾਲਾ ਕਲਰ ਤੁਹਾਨੂੰ ਇੱਕ ਅਵੇਲ ਹੋ ਸਕਦਾ, ਔਰ ਇੱਕ ਇਹ ਵਾਲਾ ਕਲਰ ਆਪਣੇ ਕੋਲ ਹੈਗਾ ਜਿਹਦੇ ਵਿੱਚ ਇਹ ਸੂਟ ਬਣਿਆ ਹੋਇਆ, ਠੀਕ ਹੈ ਜੀ। ਲਓ ਜੀ, ਹੁਣ ਕਿਹੜੇ ਸੂਟ ਮੈਂ ਤੁਹਾਨੂੰ ਦਿਖਾਉਣ ਲੱਗੀ ਹਾਂ,
ਇਹ ਸਾਰੇ ਸੂਟ ਹੈਗੇ ਨੇ ਸਲਵਾਰ ਵਰਕ ਦੇ ਸੂਟ, ਇਹ ਆਪਾਂ 11,500 ਦੇ ਪਾਏ ਸੀ, ਪਰ ਹੁਣ ਇਹਨਾਂ 'ਤੇ ਤੁਹਾਨੂੰ ਮਿਲ ਰਿਹਾ ਡਿਸਕਾਊਂਟ। ਹੁਣ ਇਹ ਸੂਟ ਤੁਹਾਨੂੰ ਮਿਲ ਰਹੇ ਨੇ ਸਿਰਫ 975 ਰੁਪਏ ਦੇ ਵਿੱਚ, ਇੱਕ ਸੂਟ 975, ਜੇ ਤੁਸੀਂ ਦੋ ਸੂਟ ਲੈਂਦੇ ਹੋ ਤਾਂ 1,850। ਠੀਕ ਹੈ ਜੀ, ਲਓ ਜੀ ਪਹਿਲੇ ਸੂਟ, ਕੋਟਨ ਬਹੁਤ ਵਧੀਆ ਮਿਲੂਗੀ, ਕੋਟਨ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਬਹੁਤ ਫਾਈਨ ਵਾਲੀ ਕੋਟਨ ਮਿਲੂਗੀ ਤੁਹਾਨੂੰ। ਲਓ ਬਹੁਤ ਪਿਆਰਾ ਸੂਟ ਹੈ, ਇਹ ਵਾਲਾ ਹੈਗਾ ਪ੍ਰਿੰਟ ਸ਼ਰਟ ਦਾ, ਬਲੈਕ ਦੇ ਵਿੱਚ ਇਸ ਤਰ੍ਹਾਂ ਪ੍ਰਿੰਟ ਹੈ, ਬਹੁਤ ਪਿਆਰਾ ਲੱਗਦਾ। ਅਤੇ ਇਹ ਹੈਗੀ ਇਹਦੀ ਸਲਵਾਰ, ਅਤੇ ਸਲਵਾਰ ਦੇ ਉੱਪਰ ਇੱਦਾਂ ਦਾ ਹੋਇਆ ਹੋਇਆ ਵਰਕ, ਖਾਸ ਦੇਖੋ ਵਰਕ ਕਾਫੀ ਹੋਇਆ ਹੋਇਆ ਨੀਚੇ, ਅਤੇ ਫਿਰ ਉਹਦੇ ਉੱਪਰ ਇੱਕ ਫਲਾਵਰ ਦਿੱਤਾ ਹੋਇਆ। ਠੀਕ ਹੈ ਜੀ, ਅਤੇ ਇਹ ਸੂਟ ਮਿਲੂਗਾ ਤੁਹਾਨੂੰ 975 ਦੇ ਵਿੱਚ। ਅਗਲਾ ਸੂਟ, ਲਓ ਜੀ ਇਹ ਤਾਂ ਹੈਗੀ ਇਹਦੀ ਸ਼ਰਟ, ਇਹ ਵਾਲਾ ਮਿਲੂਗਾ ਪ੍ਰਿੰਟ ਕੈਮਰੀ ਕੋਟਨ, ਬਹੁਤ ਫਾਈਨ ਵਾਲੀ ਬਿਲਕੁਲ ਪਿਓਰ ਕੋਟਨ ਮਿਲੂਗੀ ਤੁਹਾਨੂੰ। ਠੀਕ ਹੈ ਜੀ, ਅਤੇ ਇਹ ਮਿਲੂਗੀ ਸਲਵਾਰ, ਅਤੇ ਸਲਵਾਰ ਦੇ ਉੱਪਰ ਇਸ ਤਰ੍ਹਾਂ ਮਿਲੂਗਾ ਤੁਹਾਨੂੰ ਵਰਕ, ਹਾਂ ਕਾਫੀ ਸੋਹਣਾ ਵਰਕ ਹੈ ਸਲਵਾਰ ਦੇ। ਅਤੇ ਪ੍ਰਾਈਸ 975 ਰੁਪਏ, ਇੱਕ ਦੀ 975, ਦੋ ਸੂਟ ਲਾਉਂਗੇ ਤਾਂ ਤੁਹਾਨੂੰ ਇਹ ਮਿਲਣਗੇ 1,850। ਅਗਲਾ ਸੂਟ ਇਹ ਵਾਲਾ, ਠੀਕ ਹੈ ਜੀ, ਬਰੀਕ ਬਰੀਕ ਪ੍ਰਿੰਟ ਹੈ, ਬਲੈਕ ਹੈ ਨਾ, ਬਲੈਕ ਹੈ ਨਾ, ਬਲੈਕ ਬਲੈਕ ਕਲਰ ਦੇ ਵਿੱਚ, ਅਤੇ ਇਹ ਵਾਲੀ ਮਿਲੂਗੀ ਇਹਦੇ ਨਾਲ ਜੀ ਸਲਵਾਰ, ਲਓ ਇਹ ਵਾਲਾ ਵਰਕ ਹੋਇਆ ਹੋਇਆ ਇਹਦੇ 'ਤੇ, ਬਹੁਤ ਸੋਹਣਾ ਸੂਟ ਹੈ। ਅਤੇ ਇੱਕ ਸੂਟ ਹੋਰ ਹੈ ਇਹਦੇ 'ਚ, ਦੂਜੇ ਤੁਸੀਂ ਦੋ ਸੇਮ ਜੇ ਲੈਣੇ ਹੁੰਦੇ ਨੇ, ਕਈ ਵਾਰੀ ਨਾ ਸੇਮ ਚਾਹੀਦੇ ਹੁੰਦੇ ਨੇ ਦੋ ਸੂਟ, ਤਾਂ ਤੁਸੀਂ ਇਹ ਵਾਲਾ ਲੈ ਸਕਦੇ ਹੋ, ਸਿਰਫ ਵਰਕ ਦਾ ਫਰਕ ਮਿਲੂਗਾ, ਦੇਖੋ ਤੁਸੀਂ ਵਰਕ ਦਾ ਕੀ ਫਰਕ ਹੈ, ਆਹੋ ਇਹਦੇ ਉੱਪਰ ਆਹ ਵਰਕ ਹੋਏ, ਇਹਦੇ ਉੱਪਰ ਇਹ ਵਾਲਾ ਵਰਕ ਹੋਏ, ਥੋੜ੍ਹਾ ਜਿਹਾ ਫਰਕ ਹੈ, ਅਤੇ ਸ਼ਰਟ ਸੇਮ ਹੀ ਰਹੂਗੀ। ਠੀਕ ਹੈ ਜੀ, ਅਤੇ ਜਿਹੜਾ ਇਹ ਵਾਲਾ ਨੀਚੇ ਸੂਟ ਫਿਰੋਜ਼ੀ ਦਿਖਾਇਆ ਸੀ, ਆਹ ਵਾਲਾ ਤੁਹਾਨੂੰ, ਇਹਦੇ ਨਾਲ ਦਾ ਵੀ ਇੱਕ ਸੂਟ ਹੋਰ ਹੈਗਾ ਆਪਣੇ ਕੋਲ, ਇਹ ਵਾਲੇ ਵਰਕ ਵਾਲਾ, ਇਹਦੇ 'ਚ ਵੀ ਥੋੜ੍ਹਾ ਜਿਹਾ ਵਰਕ ਦਾ ਫਰਕ ਹੈ, ਆਹ ਇੱਕ ਤਾਂ ਇਹ ਵਾਲਾ ਵਰਕ ਹੋਇਆ ਸੀ, ਔਰ ਇੱਕ ਤਾਂ ਇਹ ਵਾਲਾ ਵਰਕ ਹੋਇਆ। ਠੀਕ ਹੈ, ਅਤੇ ਇਹ ਵਾਲਾ ਸੂਟ ਹੈ ਜਿਹੜਾ, ਇਹ ਵੀ ਤੁਹਾਨੂੰ ਦੋ ਮਿਲ ਜਾਣਗੇ। ਅਤੇ ਅਗਲਾ ਸੂਟ, ਪ੍ਰਿੰਟ ਕਾਫੀ ਸੋਹਣਾ ਹੈ, ਲਓ ਜੀ ਇਹ ਵਾਲਾ ਪ੍ਰਿੰਟ ਹੈ, ਬਹੁਤ ਪਿਆਰਾ ਪ੍ਰਿੰਟ ਹੈ, ਅਤੇ ਰਸਟ ਜਿਹਾ ਸ਼ੇਡ ਹੈ, ਡਾਰਕ ਰਸਟ ਹੈ, ਅਤੇ ਲਾਈਨਾਂ ਵਾਲੀ ਸਲਵਾਰ ਹੈ, ਬਿਲਕੁਲ ਕੋਟਨ ਦੀ, ਅਤੇ ਇਹਦੇ ਉੱਪਰ ਹੋਇਆ ਹੋਇਆ ਇਸ ਤਰ੍ਹਾਂ ਦਾ ਵਰਕ, ਕਿਉਂਕਿ ਬਲੂ ਕਲਰ ਤੁਹਾਨੂੰ ਸ਼ਰਟ ਦੇ ਵਿੱਚ ਦਿਖ ਰਿਹਾ ਹੋਣਾ, ਉਹ ਵਾਲਾ ਇਹ 'ਚ ਯੂਜ ਕੀਤਾ। ਠੀਕ ਹੈ ਜੀ, ਅਤੇ ਇਹਦੇ 'ਚ ਤੁਹਾਨੂੰ ਇੱਕ ਸੂਟ ਹੋਰ ਇਸ ਤਰ੍ਹਾਂ ਦਾ ਮਿਲੂਗਾ, ਇਹਦੇ 'ਚ ਸਲਵਾਰ ਵਰਕ ਦਾ ਫਰਕ ਹੈ, ਤੁਸੀਂ ਦੋ ਸੂਟ ਜਿਹੜੇ ਮਰਜ਼ੀ ਚੱਕ ਸਕਦੇ ਹੋ, ਸਲਵਾਰ ਦੇ ਵਰਕ ਦਾ ਫਰਕ ਮਿਲੂਗਾ ਥੋੜ੍ਹਾ ਜਿਹਾ, ਇਸ ਤਰ੍ਹਾਂ ਦਾ ਵਰਕ ਮਿਲੂਗਾ, ਇਹ ਲਓ ਇਸ ਤਰ੍ਹਾਂ। ਠੀਕ ਹੈ ਜੀ, ਅਤੇ ਅਗਲਾ ਸੂਟ, ਇਹਦਾ ਥੋੜ੍ਹਾ ਜਿਹਾ ਪ੍ਰਿੰਟ ਫਰਕ ਪੈ ਜੂਗਾ, ਮੋਟਾ ਆ ਗਿਆ ਥੋੜ੍ਹਾ ਜਿਹਾ, ਉਹਦੇ ਨਾਲ ਪ੍ਰਿੰਟ ਕਲਰ ਸੇਮ ਹੀ ਰਹੂਗਾ ਰਸਟ, ਅਤੇ ਇਹ ਵਾਲਾ ਰਹੂਗਾ ਜੀ ਇਹਦੇ ਵਿੱਚ ਵਰਕ, ਲਓ ਹਲਕਾ ਹਲਕਾ ਇਹਦੇ ਵਿੱਚ ਬਲੂ ਕਲਰ ਹੈ, ਇਸ ਕਰਕੇ ਇਹਦੇ ਵਿੱਚ ਬਲੂ ਯੂਜ਼ ਕੀਤਾ ਹੋਇਆ। ਠੀਕ ਹੈ, ਅਤੇ ਅਗਲਾ ਜਿਹੜਾ ਸੂਟ ਹੈ, ਸ਼ਰਟ ਸੇਮ ਰਹੂਗੀ, ਹਲੋ ਸੇਮ ਸ਼ਰਟ ਹੈ ਬਟ ਸਲਵਾਰ ਹੈ ਜਿਹੜੀ ਇਹਦੀ, ਇਸ ਤਰ੍ਹਾਂ ਦਾ ਫਰਕ ਹੋਊਗਾ ਸਲਵਾਰ। ਠੀਕ ਹੈ ਜੀ, ਅਤੇ ਪ੍ਰਾਈਸ ਸਾਰਿਆਂ ਦੀ ਰਹੂਗੀ 975, ਦੋ ਸੂਟਾਂ ਦੀ 1,850। ਬਹੁਤ ਸੋਹਣਾ ਸੂਟ ਹੈ ਵੀ,
ਇਹ ਮਿਲੂਗਾ ਇਹ ਸ਼ਰਟ ਨੇਵੀ ਬਲੂ ਕਲਰ। ਇਹ ਹੈ ਇਹਦਾ ਸਲਵਾਰ ਦਾ ਵਰਕ, ਠੀਕ ਹੈ ਜੀ। ਪ੍ਰਾਈਸ 975। ਅਗਲਾ ਸੂਟ ਵੀ ਬਹੁਤ ਜ਼ਿਆਦਾ ਸੋਹਣਾ ਹੈ, ਬਲੈਕਿਸ਼ ਗ੍ਰੇ ਜਿਹਾ ਕਲਰ ਹੈਗਾ, ਨਾ ਤਾਂ ਇਹ ਬਲੈਕ ਹੈ ਨਾ ਹੀ ਗ੍ਰੇ ਕਲਰ ਹੈ, ਬਲੈਕਿਸ਼ ਗ੍ਰੇ ਹੈ। ਬਹੁਤ ਸੋਹਣਾ ਪ੍ਰਿੰਟ ਹੈ ਅਤੇ ਇਹ ਮਿਲੂਗੀ ਇਹਦੇ ਨਾਲ ਤੁਹਾਨੂੰ ਪਿੰਕ ਸਲਵਾਰ ਦੇ ਉੱਪਰ ਵਰਕ। ਇੱਕ ਸੂਟ ਆਪਣਾ ਇਹ ਫੇਰ ਰਹਿ ਗਿਆ, ਤਿੰਨ ਹੋ ਗਏ ਹੁਣ, ਯਾਦ ਰੱਖਿਓ ਤੁਸੀਂ, ਕਿਸੇ ਨੂੰ ਤਿੰਨ ਵੀ ਚਾਹੀਦੇ ਹੋ ਸਕਦੇ ਆ। ਇਹ ਵਾਲਾ ਵਰਕ ਮਿਲੂਗਾ ਸਲਵਾਰ 'ਤੇ, ਇਹ ਵਾਲੀ ਸ਼ਰਟ। ਲਓ ਇਹ ਵਾਲਾ ਗ੍ਰੀਨ ਕਲਰ ਹੈ, ਬਿਲਕੁਲ ਬਰੀਕ ਪ੍ਰਿੰਟ ਦਾ ਬਹੁਤ ਸੋਹਣਾ ਸੂਟ ਹੈ। ਅਤੇ ਇਹ ਹੈਗੀ ਇਹਦੇ ਨਾਲ ਸਲਵਾਰ, ਸਲਵਾਰ ਦੇ ਫਰੰਟ ਦੀ ਵਰਕ ਹੋਊਗੀ। ਅਗਲਾ ਸੂਟ ਇੱਕ ਤੋਂ ਇੱਕ ਪ੍ਰਿੰਟ ਨੇ ਜੀ, ਅਤੇ ਕਲਰ ਵੀ ਬਹੁਤ ਜ਼ਿਆਦਾ ਸੋਹਣੇ ਨੇ। ਬਹੁਤ ਸੋਹਣੇ ਪ੍ਰਿੰਟ ਹੈ, ਕਲਰ ਨੇੜੇ ਆ ਕੇ ਕੁਛ ਹੋਰ ਲੱਗਣ ਲੱਗ ਜਾਂਦਾ, ਦੂਰੋਂ ਜ਼ਿਆਦਾ ਅੱਛਾ ਲੱਗਦਾ। ਲਓ ਜੀ ਇਹ ਮਿਲੂਗੀ ਇਹਦੇ ਨਾਲ ਸਲਵਾਰ। ਪ੍ਰਿੰਟੇ ਵੀ ਬਹੁਤ ਸੋਹਣਾ, ਤੁਸੀਂ ਕਹੋਗੇ ਹਰੇਕ ਨੂੰ ਸੋਹਣਾ ਸੋਹਣਾ ਕਹੀ ਜਾਂਦੇ ਹੋ, ਪਰ ਹੈ ਹੀ ਸੋਹਣੇ ਆ ਤਾਂ ਫਿਰ ਸਾਨੂੰ ਕਹਿਣਾ ਪੈਂਦਾ। ਅਤੇ ਇਹ ਹੈ ਜੀ ਇਹਦੇ ਨਾਲ ਸਲਵਾਰ, ਬਹੁਤ ਸੋਹਣਾ ਸੂਟ ਹੈ, ਬਹੁਤ ਸੋਹਣਾ ਸੂਟ ਹੈ, ਫਿਰ ਕਹਿਣਾ ਪੈਂਦਾ। ਲਓ ਜੀ ਬਲੂ ਕਲਰ, ਕੈਮਰੀ ਕੋਟਨ ਅਤੇ ਨਾਲ ਇਹ ਵਾਲੀ ਸਲਵਾਰ। ਪ੍ਰਾਈਸ 975, ਸਿੰਗਲ ਲਈ 975 ਐਂਡ ਫੋਰ ਟੂ 1850, 1850। ਲਓ ਇਹ ਪੈਰਟ ਕਲਰ ਨਹੀਂ ਹੈਗਾ, ਪਿਸਤਾ ਜਿਹਾ ਕਲਰ ਹੈ, ਸੋਹਣਾ ਜਿਹਾ ਕਲਰ ਹੈ, ਅੱਖਾਂ ਨੂੰ ਖਾਂਦਾ ਨਹੀਂ ਹੈ। ਅਤੇ ਇਹ ਹੈਗੀ ਹੈ ਨਾਲ ਔਰੇਂਜ ਕਲਰ ਦੀ ਸਲਵਾਰ। ਲਓ ਜੀ ਆਹ ਤਾਂ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜਿਹੜਾ ਮੈਂ ਤੁਹਾਨੂੰ ਹੁਣ ਦਿਖਾ ਰਹੀ ਹਾਂ, ਬਲੈਕ ਕਲਰ ਦੇ ਉੱਪਰ ਬਹੁਤ ਪਿਆਰਾ ਪ੍ਰਿੰਟ ਹੈ, ਇਹ ਬਹੁਤ ਸੋਹਣੀ ਸਲਵਾਰ ਹੈ, ਠੀਕ ਹੈ ਜੀ। ਪ੍ਰਾਈਸ 975। ਲਓ ਜੀ ਅਗਲਾ ਸੂਟ ਇਹ ਵਾਲਾ, ਬਹੁਤ ਸੋਹਣਾ ਪ੍ਰਿੰਟ, ਬਰੀਕ ਬਰੀਕ। ਅਤੇ ਇਹ ਰਹੂਗੀ ਸਲਵਾਰ, ਅਤੇ ਇਹਦੇ ਉੱਪਰ ਇੱਦਾਂ ਦਾ ਵਰਕ ਕਰ ਦੇਣਾ, ਖੁੱਲ੍ਹਾ ਕਰ ਦੇਣਾ ਇਸ ਤਰ੍ਹਾਂ, ਠੀਕ ਹੈ। ਲਓ ਜੀ ਇਹ ਸੀ ਆਪਣੀ ਅੱਜ ਦੀ ਕੁਲੈਕਸ਼ਨ, ਇੱਕ ਸੂਟ 975 ਦਾ ਸਲਵਾਰ ਵਰਕ ਵਾਲਾ, ਸਾਰੇ ਸੂਟ ਸਲਵਾਰ ਵਰਕ ਵਾਲੇ ਨੇ, ਅਤੇ ਜੇ ਦੋ ਲਓਗੇ ਤਾਂ 1850 ਦੇ, ਠੀਕ ਹੈ ਜੀ। ਅਤੇ ਹੁਣ ਆਪਾਂ ਤੁਹਾਨੂੰ ਹੁਣ ਆਪਾਂ ਕੀ ਕਰਨਾ, ਹਾਂਜੀ ਇਹ ਸੀ ਸਾਡੀ ਅੱਜ ਦੀ ਕੁਲੈਕਸ਼ਨ, ਉਮੀਦ ਹੈ ਤੁਹਾਨੂੰ ਪਸੰਦ ਆ। ਉਮੀਦ ਹੈ ਤੁਹਾਨੂੰ ਪਸੰਦ ਆਊਗੀ, ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ, ਕਮੈਂਟ ਕਰਕੇ ਦੱਸਦੇ ਰਹੋ, ਫਿਰ ਮਿਲਾਂਗੇ ਕੋਈ ਹੋਰ ਸੋਹਣੀ ਜਿਹੀ ਕੁਲੈਕਸ਼ਨ ਲੈ ਕੇ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।